ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਇਸ ਹੈਲਥ ਚੈਨਲ ਦੇ ਇੱਕ ਨਵੇਂ ਅਤੇ ਬਹੁਤ ਹੀ ਇੰਪੋਰਟੈਂਟ ਸੁਝਾਅ ਦੇ ਵਿੱਚ। ਦੋਸਤੋ, ਅੱਜ ਮੈਂ ਜਿਹੜਾ ਤੁਹਾਨੂੰ ਇਹ ਨੁਸਖਾ ਦੱਸਣ ਜਾ ਰਿਹਾ ਹਾਂ ਉਹ ਇਹ ਹੈ ਕਿ ਇਸ ਗਰਮੀ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾਵੇ ਦੇ ਸੰਬੰਧ ਰਿਲੇਟਿਡ ਦੇ ਵਿੱਚ। ਜੀ ਹਾਂ, ਕਿਉਂਕਿ ਗਰਮੀ ਦੇ ਵਿੱਚ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਜੇ ਤੁਸੀਂ ਜਲਦੀ ਥੱਕ ਜਾਂਦੇ ਹੋ, ਜੇ ਬਾਹਰ ਤੋਂ ਘਰ ਨੂੰ ਜਲਦੀ ਆਉਂਦੇ ਹੋ ਤਾਂ ਬਿਲਕੁਲ ਇਹੋ ਜਿਹਾ ਲੱਗਦਾ ਹੈ ਕਿ ਜਿਵੇਂ ਸਰੀਰ ਦੇ ਵਿੱਚ ਕੋਈ ਜਾਨ ਹੀ ਨਹੀਂ ਹੈ ਅਤੇ ਸਰੀਰ ਪੂਰੀ ਤਰ੍ਹਾਂ ਨਾਲ ਥੱਕ ਚੁੱਕਾ ਹੈ ਅਤੇ ਟੁੱਟ ਚੁੱਕਾ ਹੈ। ਇਸ ਦੇ ਲਈ ਦੋਸਤੋ ਮੈਂ ਤੁਹਾਨੂੰ ਇੱਕ ਇਹੋ ਜਿਹਾ ਆਸਾਨ ਨੁਸਖਾ ਦੱਸਣ ਜਾ ਰਿਹਾ ਹਾਂ ਕਿ ਇਹ ਨੁਸਖਾ ਇੰਨਾ ਆਸਾਨ ਹੈ ਕਿ ਪਤਾ ਨਹੀਂ ਲੋਕ ਇਸ ਦੇ ਇੰਨੇ ਫਾਇਦੇ ਜਾਣ ਕੇ ਵੀ ਇਸ ਨੂੰ ਕਿਉਂ ਨਹੀਂ ਖਾਂਦੇ ਹਨ, ਜਦਕਿ ਬੜੇ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ ਫਿਰ ਵੀ ਲੋਕ ਨਹੀਂ ਖਾ ਪਾਉਂਦੇ ਹਨ। ਜੀ ਹਾਂ, ਮੈਂ ਅੱਜ ਦੱਸਣ ਜਾ ਰਿਹਾ ਹਾਂ ਦੋਸਤੋ ਕਿਸਮਿਸ਼ ਦੇ ਬਾਰੇ। ਤਾਂ ਆਈਏ ਦੋਸਤੋ ਜਾਣ ਲੈਂਦੇ ਹਾਂ ਕਿਸਮਿਸ਼ ਨੂੰ ਕਦੋਂ ਅਤੇ ਕਿਸ ਤਰ੍ਹਾਂ ਖਾਇਆ ਜਾਵੇ ਅਤੇ ਇਸ ਤੋਂ ਕੀ ਫਾਇਦੇ ਹੋ ਸਕਦੇ ਹਨ। ਜੀ ਹਾਂ ਦੋਸਤੋ, ਕਿਸਮਿਸ਼ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਗਲੂਕੋਜ਼ ਅਤੇ ਫਰੂਕਟੋਜ਼ ਪਾਇਆ ਜਾਂਦਾ ਹੈ ਅਤੇ ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਸਵਸਥ ਅਤੇ ਹੈਲਥੀ ਬਣਾਏ ਰੱਖ ਸਕਦੇ ਹੋ। ਖਾਸ ਕਰ ਉਹ ਲੋਕ ਜਿਹੜੇ ਐਕਸਰਸਾਈਜ਼ ਕਰਦੇ ਹਨ, ਫੌਜ ਦੇ ਵਿੱਚ ਜਾਣਾ ਚਾਹੁੰਦੇ ਹਨ, ਪੁਲਿਸ 'ਚ ਜਾਣਾ ਚਾਹੁੰਦੇ ਹਨ, ਇਸ ਤਰ੍ਹਾਂ ਦੇ ਸਟੂਡੈਂਟ ਦੇ ਲਈ ਦੋਸਤੋ ਇਹ ਇੱਕ ਰਾਮਬਾਣ ਨੁਸਖਾ ਆ। ਕਿਉਂਕਿ ਖਿਡਾਰੀਆਂ ਨੂੰ, ਐਥਲੀਟ ਕਰਨ ਵਾਲਿਆਂ ਨੂੰ ਅਤੇ ਸਰੀਰਕ ਤਾਕਤ ਕਰਨ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਤਾਕਤ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਤਾਕਤ ਦੋਸਤੋ ਕਿਸਮਿਸ਼ ਦੇ ਵਿੱਚ ਹੁੰਦਾ ਹੈ। ਦੋਸਤੋ ਕਈ ਵਾਰ ਇਹੋ ਜਿਹੇ ਕਮੈਂਟ ਵੀ ਦੇਖਣ ਨੂੰ ਮਿਲਦੇ ਹਨ ਕਿ ਉਹ 2 ਮੰਜ਼ਿਲਾਂ ਅਤੇ 3 ਮੰਜ਼ਿਲਾ ਬਿਲਡਿੰਗ ਦੇ ਉੱਪਰ 2-4 ਪੌੜੀਆਂ ਚੜ੍ਹ ਕੇ ਥੱਕ ਜਾਂਦੇ ਹਨ ਅਤੇ ਪੌੜੀਆਂ ਦੇ ਉੱਤੇ ਚੜ੍ਹਨ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਤਰ੍ਹਾਂ ਦੇ ਲੋਕ ਦੋਸਤੋ ਥੋੜ੍ਹਾ ਬਹੁਤ ਹੀ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹਨ, ਉਹਨਾਂ ਦਾ ਸਾਹ ਜਲਦੀ ਚੜ੍ਹ ਜਾਂਦਾ ਹੈ ਜਿਸ ਕਰਕੇ ਦੋਸਤੋ ਉਹਨਾਂ ਨੂੰ ਥਕਾਵਟ ਮਹਿਸੂਸ ਹੋਣ ਲੱਗ ਪੈਂਦੀ ਹੈ। ਇਹੋ ਜਿਹੇ ਲੋਕਾਂ ਦੇ ਲਈ ਕਿਸਮਿਸ਼ ਬਹੁਤ ਹੀ ਜ਼ਬਰਦਸਤ ਅਤੇ ਫਾਇਦੇਮੰਦ ਫਰੂਟ ਆ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ B6, ਵਿਟਾਮਿਨ K, ਆਇਰਨ, ਪੋਟੇਸ਼ੀਅਮ ਅਤੇ ਹੋਰ ਵੀ ਕਈ ਤੱਤ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਵਸਥ ਬਣਾਏ ਰੱਖਣ ਦੇ ਵਿੱਚ ਫਾਇਦੇਮੰਦ ਹੁੰਦਾ ਹੈ। ਜੀ ਹਾਂ ਦੋਸਤੋ, ਇਹ ਜਿਹੜਾ ਡਰਾਈ ਫਰੂਟ ਆ ਉਹ ਅੰਗੂਰਾਂ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਉਸ ਤੋਂ ਤੁਸੀਂ ਕਈ ਲੋਕਾਂ ਨੂੰ ਵੀ ਕਹਿੰਦੇ ਸੁਣਿਆ ਹੀ ਹੋਏਗਾ ਕਿ ਮਿੱਠਾ ਖਾਣ ਦੇ ਨਾਲ ਦੰਦ ਖਰਾਬ ਹੋ ਜਾਂਦੇ ਹਨ ਕਿਉਂਕਿ ਕਿਸਮਿਸ਼ ਵੀ ਮਿੱਠਾ ਹੁੰਦਾ ਹੈ, ਪਰ ਦੋਸਤੋ ਕਿਸਮਿਸ਼ ਖਾਣ ਦੇ ਨਾਲ ਦੰਦ ਖਰਾਬ ਨਹੀਂ ਹੁੰਦੇ ਹਨ, ਸਗੋਂ ਕਿ ਇਸ ਨੂੰ ਖਾਣ ਦੇ ਨਾਲ ਦੋਸਤੋ ਸਾਡੇ ਦੰਦ ਮਸੂੜੇ ਮਜ਼ਬੂਤ ਹੁੰਦੇ ਹਨ ਕਿਉਂਕਿ ਕਿਸਮਿਸ਼ ਦੇ ਵਿੱਚ ਫਾਈਟੋਕੈਮੀਕਲ ਤੱਤ ਪਾਏ ਜਾਂਦੇ ਹਨ। ਇਸ ਦੇ ਨਾਲ ਦੋਸਤੋ ਮੂੰਹ ਦੇ ਵਿੱਚ ਨੁਕਸਾਨ ਪਹੁੰਚਾਉਣ ਵਾਲੇ ਬੈਕਟੀਰੀਆ ਨੂੰ ਵੀ ਇਹ ਖਤਮ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ। ਕਿਸਮਿਸ਼ ਦਾ ਸੇਵਨ ਕਰਨ ਦੇ ਨਾਲ ਪੇਟ ਦੇ ਅੰਦਰਲੇ ਹਿੱਸਿਆਂ ਦੀ ਵੀ ਸਫਾਈ ਹੋ ਜਾਂਦੀ ਹੈ। ਜੇ ਕਿਸੇ ਨੂੰ ਵੀ ਭੁੱਖ ਨਾ ਲੱਗਣ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਕਿਸਮਿਸ਼ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਪਾਚਨ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ ਅਤੇ ਭੁੱਖ ਵੀ ਲੱਗਣ ਲੱਗ ਪੈਂਦੀ ਹੈ। ਕਿਸਮਿਸ਼ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜਿਹੜਾ ਸੁੱਕਣ ਤੋਂ ਬਾਅਦ ਦੋਸਤੋ ਸਿਕੁੜ ਜਾਂਦਾ ਹੈ। ਕਿਸਮਿਸ਼ ਖਾਣ ਦੇ ਨਾਲ ਕੌਂਸਟੀਪੇਸ਼ਨ ਯਾਨੀ ਕਿ ਕਬਜ਼ ਵਰਗੇ ਸਮੱਸਿਆ ਤੋਂ ਸਾਨੂੰ ਨਿਜਾਤ ਮਿਲਦਾ ਹੈ। ਇਸ ਦੇ ਇਲਾਵਾ ਕਿਸਮਿਸ਼ ਦਿਲ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਕਿਸਮਿਸ਼ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਜੀ ਹਾਂ ਦੋਸਤੋ, ਕਿਸਮਿਸ਼ ਦੇ ਵਿੱਚ ਆਇਰਨ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਿਸਮਿਸ਼ ਦੇ ਵਿੱਚ ਵਿਟਾਮਿਨ B ਕੰਪਲੈਕਸ ਸਮੂਹ ਦੇ ਕਈ ਵਿਟਾਮਿਨ ਪਾਏ ਜਾਂਦੇ ਹਨ ਜੋ ਖੂਨ ਬਣਾਉਣ ਦੇ ਵਿੱਚ ਦੋਸਤੋ ਸਹਾਇਕ ਹੁੰਦੇ ਹਨ। ਅੱਖਾਂ ਦੇ ਲਈ ਕਿਸਮਿਸ਼ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜਿਹੜਾ ਅੱਖਾਂ ਦੇ ਧੁੰਦਲੇਪਨ ਨੂੰ ਇਹ ਦੂਰ ਕਰਕੇ ਅੱਖਾਂ ਦੀ ਰੋਸ਼ਨੀ ਨੂੰ ਇਹ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਕਿਉਂਕਿ ਇਸ ਦੇ ਵਿੱਚ ਵਿਟਾਮਿਨ A ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਜਿਹੜਾ ਵਧੇ ਹੋਏ ਉਮਰ ਦੇ ਨਾਲ ਨਾਲ ਦੋਸਤੋ ਇਹ ਹੋਣ ਵਾਲੇ ਮੋਤੀਆਬਿੰਦ ਦੇ ਵਿੱਚ ਲਾਭਦਾਇਕ ਮੰਨੇ ਜਾਂਦੇ ਹਨ। ਵਧੇ ਹੋਏ ਉਮਰ ਦੇ ਨਾਲ ਸਾਡੀ ਹੱਡੀਆਂ ਕਮਜ਼ੋਰ ਹੋਣ ਲੱਗ ਪੈਂਦੀਆਂ ਹਨ। ਇਸ ਸਿਚੁਏਸ਼ਨ ਦੇ ਵੀ ਦੋਸਤੋ ਕਿਸਮਿਸ਼ ਖਾਣਾ ਸਾਡੇ ਸਵਾਸਥ ਦੇ ਲਈ ਲਾਭਪ੍ਰਦ ਮੰਨਿਆ ਜਾਂਦਾ ਹੈ ਕਿਉਂਕਿ ਕਿਸਮਿਸ਼ ਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਦੋਸਤੋ ਤੁਸੀਂ ਇਸ ਨੂੰ ਹੁਣ ਖਾਣਾ ਕਿਸ ਤਰ੍ਹਾਂ ਹੈ ਕਿ ਰਾਤ ਨੂੰ 4 ਤੋਂ 5 ਕਿਸਮਿਸ਼ ਭਿਜੋ ਕੇ ਰੱਖ ਦਿਓ ਅਤੇ ਸਾਰੀ ਰਾਤ ਦੋਸਤੋ ਇਸ ਨੂੰ ਪਾਣੀ ਦੇ ਵਿੱਚ ਰਹਿਣ ਦਿਓ। ਅਗਲੇ ਦਿਨ ਸਵੇਰ ਨੂੰ ਤੁਸੀਂ ਇਸ ਦੇ ਪਾਣੀ ਨੂੰ ਪੀ ਸਕਦੇ ਹੋ ਅਤੇ ਕਿਸਮਿਸ਼ ਨੂੰ ਚੰਗੀ ਤਰ੍ਹਾਂ ਨਾਲ ਮੂੰਹ ਦੇ ਵਿੱਚ ਚਬਾ ਕੇ ਖਾ ਲਵੋ।
ਇਸ ਤਰ੍ਹਾਂ ਨਾ ਦੋਸਤੋ, ਰੋਜ਼ ਤੁਸੀਂ ਕਿਸਮਿਸ ਨੂੰ ਜੇ ਖਾਂਦੇ ਹੋ ਤਾਂ ਬਹੁਤ ਸਾਰੀ ਬਿਮਾਰੀਆਂ ਸਰੀਰ ਤੋਂ ਦੂਰ ਹੀ ਰਹਿੰਦੀਆਂ ਹਨ। ਅਤੇ ਗਰਮੀਆਂ ਦੇ ਵਿੱਚ ਜਿਹੜੀ ਸਾਨੂੰ ਲੂ ਦੀ ਪ੍ਰੋਬਲਮ ਹੁੰਦੀ ਹੈ ਉਸ ਤੋਂ ਵੀ ਸਾਨੂੰ ਰਾਹਤ ਮਿਲ ਜਾਂਦਾ ਹੈ। ਇਸ ਦੇ ਨਾਲ ਦੋਸਤੋ ਜ਼ਿਆਦਾ ਥਕਾਵਟ ਵੀ ਨਹੀਂ ਹੁੰਦੀ ਹੈ। ਤਾਂ ਦੋਸਤੋ ਕਿਸਮਿਸ ਦੇ ਕਮਾਲ ਦੇ ਫਾਇਦੇ ਅਤੇ ਇਸ ਨੂੰ ਖਾਣ ਦੇ ਬਾਰੇ ਤੁਸੀਂ ਜਾਣ ਹੀ ਗਏ ਹੋਵੋਗੇ। ਨਾਲ ਦੋਸਤੋ ਸਾਨੂੰ ਗਰਮੀਆਂ ਦੇ ਵਿੱਚ ਕਿਸਮਿਸ ਨੂੰ ਜ਼ਰੂਰਤ ਦੇ ਹਿਸਾਬ ਨਾਲ ਹੀ ਖਾਣੀਆਂ ਚਾਹੀਦੀਆਂ ਹਨ। ਤਾਂ ਲਾਸਟ ਦੇ ਵਿੱਚ ਦੋਸਤੋ ਨਵੇਂ ਫਰੈਂਡਸ ਅਤੇ ਵਿਊਅਰ ਲਈ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਤੁਸੀਂ ਹਰ ਰੋਜ਼ ਹੈਲਥ ਨਾਲ ਜੁੜੀ ਨਵੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਇਓ। ਤਾਂ ਮਿਲਦੀ ਹਾਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ।